ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਜਿਉਣਾ, ਮੇਰਾ ਨਾਮ ਕਿਰਨ, ਤੇ ਤੁਸੀਂ ਦੇਖ ਰਹੇ ਹੋ ਦ ਹੈਪੀਐਸਟ ਕਪਲ। ਤੇ ਅੱਜ ਆਪਾਂ ਘਰੇ ਬੈਠੇ ਹਾਂ, ਜਿਵੇਂ ਕਿਰਨ ਨੇ ਦੱਸਿਆ ਸੀ, ਕਿਰਨ ਦੇ ਫਰੈਂਡ ਨੇ ਆਣਾ ਘਰੇ, ਤੇ ਆ ਸਾਡੇ ਵਿਕਰਮ ਭਾਜੀ ਜਿਹੜੇ ਆਏ ਨੇ, ਤੇ ਇਹ ਨਾਲ ਕਾਲਜ ਪੜ੍ਹਦੇ ਸੀ ਇਕੱਠੇ, ਤੇ ਕਿਰਨ ਦੀਆਂ ਬੜੀਆਂ ਸ਼ਿਕਾਇਤਾਂ ਲਾਈਆਂ ਨੇ ਵੀ ਬੜੀ ਸ਼ਰਾਰਤੀ ਹੁੰਦੀ ਸੀ, ਕਾਲਜ ਪੜ੍ਹਦੀ ਨੀ ਸੀ, ਇਹ ਨਲਾਇਕ ਹੁੰਦੀ ਸੀ ਨਾ, ਬਹੁਤ ਜ਼ਿਆਦਾ ਭਾਜੀ, ਬਹੁਤ ਜ਼ਿਆਦਾ ਨਲਾਇਕ ਸੀ, ਬੜਾ ਸਮਝਾਈਦਾ ਤਾਂ ਚੰਗੀ ਤਰ੍ਹਾਂ ਪੜ੍ਹ ਲਾ ਪਰ ਨਾ ਪੜ੍ਹਿਆ ਨਹੀਂ ਕਰੀ, ਪੜ੍ਹਦੀ ਨਹੀਂ ਸੀ, ਪੜ੍ਹਦੀ ਨੀ ਹੁੰਦੀ ਸੀ, ਨਲਾਇਕ ਸੀ, ਕਿੰਨੇ ਵਾਰੀ ਫੇਲ ਵੀ ਹੋਈ ਨਾ ਦੋ ਭਾਜੀ, ਇਹਦੀਆਂ ਬੜੀਆਂ ਸਪਲੀਆਂ ਆਈਆਂ, ਉਹ ਤੇ ਅਸੀਂ ਕਢਾਈਆਂ ਦੇ ਮਿਹਨਤ ਕਰਕੇ ਨੰਬਰ ਠੀਕ ਨੇ, ਪਰ ਨਕਲ ਨੁਕਲ ਮਾਰ ਕੇ ਪਾਸ ਹੋਈਏ, ਤੁਸੀਂ ਨਕਲ ਮਾਰ ਕੇ ਪਾਸ ਹੋਏ ਕਿਰਨ? ਕਰ ਲੋ ਜਿੰਨੀ ਬੇਇੱਜ਼ਤੀ ਕਰਨੀ ਆ, ਨਹੀਂ ਬੇਇੱਜ਼ਤੀ ਥੋੜਾ ਦੱਸਣ ਹੈ ਕਿ ਕਿੱਦਾਂ, ਜਿੱਦਾਂ ਕੋਈ ਬੰਦਾ ਕਿੱਦਾਂ ਕੋਈ ਪੜ੍ਹਨ ਵਾਲਾ ਨਾ ਹੋਵੇ, ਕਿੱਦਾਂ ਮੋਟੀਵੇਟ ਕਰਨਾ, ਕਿੱਦਾਂ ਕਾਮਯਾਬ ਹੋਣਾ ਆ ਜ਼ਿੰਦਗੀ 'ਚ। ਹੁਣ ਮੈਨੂੰ ਤਾਂ ਮੈਂ ਤਾਂ ਹੁਣ ਤੱਕ ਭੁਲੇਖੇ 'ਚ ਹੀ ਸੀ ਨਾ, ਕਿਤੇ ਮੇਰੀ ਵਾਈਫ ਬਹੁਤ ਇੰਟੈਲੀਜੈਂਟ ਹੈ, ਤੇ ਹੁਣ ਜਦੋਂ ਤੁਹਾਡੇ ਆ ਕੇ ਜਿਹੜੇ ਕਲਾਸਮੇਟਸ ਨੇ ਉਹਨਾਂ ਨੇ ਦੱਸਿਆ, ਤਾਂ ਮੈਨੂੰ ਤਾਂ ਹੀ ਪਤਾ ਲੱਗੂਗਾ ਨਾ ਜੀ, ਸਗੋਂ ਜ਼ਿਆਦਾ ਇੰਟੈਲੀਜੈਂਟ ਹੈ। ਵੇਖੋ, ਨਾ ਪੜ੍ਹਨ ਦੇ ਬਾਵਜੂਦ ਵੀ ਤੁਹਾਨੂੰ ਉਹਨੇ ਸ਼ੋਅ ਕਰਤਾ ਕਿ ਮੈਂ ਪੜ੍ਹੀ ਲਿਖੀ। ਤੇ ਹੁਣ ਆਪਾਂ ਥੋੜ੍ਹੀ ਜਿਹੀ ਭਾਜੀ ਤੋਂ ਗਾਣੇ ਸੁਣਨ ਲੱਗੇ ਹਾਂ, ਭਾਜੀ ਵੀ ਗਾਉਂਦੇ ਨੇ, ਤੇ ਸੁਣਾਂਗੇ, ਥੋੜਾ ਖੁਸ਼ ਹੋਵਾਂਗੇ ਸੁਣ ਕੇ। ਤੇ ਟੀਚਰਾਂ ਨੂੰ ਬਹੁਤ ਤੰਗ ਕਰਦਾ ਸੀ ਇਹ ਵਿਕਰਮ। ਤੇ ਅੱਛਾ, ਹੁਣ ਕੰਮ ਤੇ ਇਹੀ ਹੁੰਦਾ ਸਟੂਡੈਂਟ ਦਾ, ਬੱਚੇ ਤੰਗ ਕਰਦੇ ਟੀਚਰ ਨੂੰ, ਦੱਸ ਤੁਸੀਂ ਤਾਂ ਨਹੀਂ ਕਰਦੇ ਬੜਾ, ਹਨਾ ਤੁਸੀਂ ਤਾਂ ਬੜੇ ਸ਼ਰੀਫ ਹੀ ਸਾਰੇ। ਅਸੀਂ ਅੱਗੇ ਹੁੰਦੇ ਸੀ, ਪਿੱਛੇ ਤੰਗ ਤੁੰਗ ਕਰਕੇ ਫਿਰ ਲੁਕ ਜਾਂਦਾ ਹੁੰਦਾ ਸੀ, ਟੀਚਰ ਨੂੰ ਪਤਾ ਹੀ ਨਹੀਂ ਲੱਗਦਾ ਹੁੰਦਾ ਵੀ ਇਹ ਤੰਗ ਕਿਹਨੇ ਕੀਤਾ, ਨਾ ਕਿ ਹੋਰ ਦਾ ਲੱਗ ਜਾਂਦਾ ਹੁੰਦਾ ਸੀ। ਘਰੇ ਚਲੇ ਜਾਂਦੇ ਹੁੰਦੇ ਸੀ, ਇੰਨੀ ਵੱਡਾ ਨੋਟ ਸਕੂਲ ਦੇ ਟਾਈਮ ਦੀਆਂ ਡੈਰੀ ਦੇ ਵਿੱਚ ਨਾ ਟੀਚਰ ਲਿਖ ਕੇ ਭੇਜਦੇ ਹੁੰਦੇ ਸੀ, ਪ੍ਰੋਪਰ ਲਿਖ ਕੇ ਇੰਨੀ ਵੱਡੀ ਚਿੱਠੀ ਜੀ, ਹਨਾ, ਤੇ ਭੇਜ ਦੇਣਾ ਘਰ ਵੀ ਜਾ ਕੇ ਨਾ ਆਪਣੇ ਪਾਪਾ ਤੋਂ ਤੇ ਮੰਮੀ ਤੋਂ ਸਾਈਨ ਕਰਾ ਕੇ ਆਓ, ਤੇ ਕੱਲ ਤੁਹਾਡੇ ਪੇਰੈਂਟਸ ਨੂੰ ਇੱਥੇ ਆਉਣਾ ਚਾਹੀਦਾ। ਮੈਂ ਹੋਰ ਜ਼ਿਆਦਾ ਚਲਾਕ ਹੁੰਦਾ ਸੀ, ਠੀਕ ਹੈ, ਸਾਈਨ ਆਪੇ ਕਰ ਲੈ ਉਹ ਨਾ ਕਾਪੀ ਦੇ ਉੱਪਰ ਰੱਖ ਕੇ ਨਾ ਮੰਮੀ ਦੇ ਪਹਿਲਾਂ ਸਾਈਨ ਟਰੇਸ ਕਰਨੇ, ਠੀਕ ਹੈ, ਪਾਪਾ ਦੇ ਨਹੀਂ ਕਰਾਉਂਦਾ ਹੁੰਦਾ ਸੀ, ਪਾਪਾ ਨੇ ਤਾਂ ਹੁਣ ਪਾਪਾ ਨੇ ਤਾਂ ਕਦੇ ਕੀਤੇ ਵੀ ਨਹੀਂ ਸੀ, ਪਾਪਾ ਗਾਹਾਂ ਕੱਢਦੇ ਸੀ, ਉਹ ਮੰਮੀ ਦੇ ਸਾਈਨ ਟਰੇਸ ਕਰਕੇ ਚੱਕ ਕੇ ਆਪ ਹੀ ਸਾਈਨ ਕਰਕੇ, ਤੇ ਇਹ ਨਾ ਥੱਲੇ ਨਾ ਆਪਣੇ ਆਪ ਲਿਖ ਦਿੰਦਾ ਹੁੰਦਾ ਸੀ ਕਿ ਹਮ ਨਹੀਂ ਆ ਪਾਏਗੇ, ਉਹ ਮੰਨ ਜਾਂਦੇ ਹੁੰਦੇ ਸੀ ਟੀਚਰ। ਫਿਰ ਜਦੋਂ ਕਿਤੇ ਪੇਰੈਂਟ ਭੋਲੇ ਟੀਚਰ ਹੀ ਜਦੋਂ ਕਿਤੇ ਪੇਰੈਂਟ ਟੀਚਰ ਮੀਟਿੰਗ ਤੇ ਪਹੁੰਚਦੇ ਸੀ ਨਾ ਘਰ ਦੇ, ਫਿਰ ਭੇਤ ਖੋਲਦੇ ਹੁੰਦੇ ਸੀ ਸਾਰੇ। ਚਲੋ, ਫਿਰ ਰੋਜ਼ ਰੋਜ਼ ਕੁੱਟ ਪੈਣ ਨਾਲ ਇੱਕੋ ਤੇ ਨਹੀਂ ਪੈਂਦੀ, ਨਾ ਕੁੱਟਾ ਇੱਕ ਵਾਰੀ ਇਕੱਠਾ ਹੀ। ਸਹੀ ਗੱਲ ਆ। ਚਲੋ ਲੋ ਜੀ, ਮੈਂ ਪਰਨਾ ਤੇ ਕੱਪੜੇ ਟੀ ਸ਼ਰਟ ਚੇਂਜ ਕਰ ਲਈ, ਕਿਉਂਕਿ ਕਿਰਨ ਦੇ ਹੋਰ ਫਰੈਂਡਸ ਆ ਰਹੇ ਨੇ ਡੇ ਟਾਈਮ। ਵਿਕਰਮ ਵੀਰ ਆਇਆ ਸੀ, ਕਿਰਨ ਦਾ ਮਤਲਬ ਕਾਲਜ ਫਰੈਂਡ, ਜਿਹੜੇ ਇਹ ਸਾਰੇ ਕਾਲਜ ਇਕੱਠੇ ਪੜ੍ਹਦੇ ਹੁੰਦੇ ਸੀ, ਅਤੇ ਹੁਣ ਕਿਰਨ ਦੀਆਂ ਦੋ ਫਰੈਂਡਸ ਅਤੇ ਉਹਨਾਂ ਦੇ ਹਸਬੈਂਡ ਨਾਲ ਆ ਰਹੇ ਨੇ, ਅਤੇ ਮੈਂ ਕਿਹਾ ਕੱਪੜੇ ਚੇਂਜ ਕਰ ਲਾ, ਘਰ ਦੇ ਵਿੱਚ ਤਾਂ ਚਲੋ ਜਿਵੇਂ ਝੱਲਾ ਮੱਲਾ ਬਲ ਕੇ ਖੜ੍ਹੇ ਰਹਿੰਦੇ ਹਾਂ ਨਾ, ਲੇਕਿਨ ਕਿਰਨ ਉਹਨਾਂ ਵਾਸਤੇ ਵੇਟ ਕਰ ਰਹੇ ਨੇ, ਅਤੇ ਮੰਦਰ ਆ ਕੇ ਪਰਨਾ ਸੈੱਟ ਕੀਤਾ, ਅਤੇ ਦੇਖਦੇ ਹਾਂ ਕਦੋਂ ਆਉਂਦੇ ਨੇ ਉਹ, ਅਤੇ ਫਿਰ ਅੱਜ ਕਿਰਨ ਦੇ ਰਾਜ ਪੁੱਛਾਂਗੇ ਸਾਰਿਆਂ ਤੋਂ, ਸਾਰੇ ਵੀ ਕਾਲਜ 'ਚ ਕਿੰਨੀ ਸ਼ਰਾਰਤੀ ਹੁੰਦੀ ਸੀ, ਕੀ ਕੁਛ ਕਰਦੀ ਸੀ, ਹੈ ਨਾ, ਕਿਰਨ ਦੀਆਂ ਕਾਲਜ ਦੀਆਂ ਗੱਲਾਂ ਸਾਂਝੇ ਕਰਦੇ ਹਾਂ, ਤਾਂ ਤੁਹਾਨੂੰ ਵੀ ਦੱਸਾਂਗੇ। ਵੈਸੇ ਮੈਂ ਕਿਸੇ ਨੂੰ ਜਾਣਦਾ ਨਹੀਂ, ਕਿਸੇ ਨੂੰ ਨਹੀਂ ਮਿਲਿਆ, ਸਿਰਫ ਵਿਕਰਮ ਨੂੰ ਮਿਲਿਆ ਸੀ ਪਹਿਲਾਂ, ਮੈਂ ਇੱਕ ਵੰਦਨਾ ਜਿਹੜੀ ਆ ਰਹੀ ਹੈ ਉਹਨੂੰ ਮਿਲਿਆ ਹੋਇਆ ਸੀ ਪਹਿਲਾਂ ਮੈਂ, ਬਾਕੀ ਹੋਰ ਕਿਸੇ ਨੂੰ ਨਹੀਂ ਮਿਲਿਆ ਹੋਇਆ, ਅੱਜ ਪਹਿਲੀ ਵਾਰ ਮਿਲਣਾ। ਸੋ ਮਿਲਦੇ ਹਾਂ, ਅਤੇ ਅੱਗੇ ਦੀ ਹੋਰ ਜਾਣਕਾਰੀ ਵਧਾਉਂਦੇ ਹਾਂ। ਪੁੱਛੋ ਭਾਜੀ, ਕਿਹਨੂੰ ਲੈਣ ਡਿਆ ਬਲੌਗ 'ਚ, ਇਹਨੂੰ ਲੈਣ ਡਿਆ ਬਲੌਗ 'ਚ, ਆਹੋ ਚਾਹ ਪੀ ਲਓ ਕਿਰਨ, ਆਹੋ ਪਹਿਲਾਂ ਚਾਹ ਹੀ ਪੀ ਲਓ ਤੁਸੀਂ ਵੀ। ਇੰਟਰੋਡਿਊਸ ਕਰਾਓ ਕਿਰਨ ਸਭ ਨਾਲ, ਤੁਹਾਡੇ ਦੋਸਤਾਂ ਨਾਲ। ਚੁਟਕੀ ਭਰ ਕੇ ਦੇ, ਚੁਟਕੀ ਭਰ ਕੇ ਦੇ, ਜਦੋਂ ਕੈਮਰਾ ਲਾ ਕੇ ਉਦੋਂ ਇੰਨੀ ਕੁ ਵਾਈਟ ਚੁੱਕਣੀਆਂ ਨੇ, ਹੈ ਨਾ, ਉਦੋਂ ਮੈਂ ਸਾਰਾ
दसो जी कौन कौन ने तेरे दोस्त? मिले ने अच्छा 8 साल बाद किरण बारे हम सारे कठे हो गए मैं दसो किरण कि शरारती सी कॉलेज विच जेन्युइन रिव्यू देने ने तारीफ भी झूठी करनी पैंदी है इन्हें जाने बेटा की कहां सामने जाने तेन लगता नहीं बटाले की सरगुण मैता तेज प्रताप ही परले बने मूह कर दी ना ते सारे वाजा कर दे इदा इदा करके ऐ नहीं कीतियां सी मैं भी कीतियां सी ते मेरा मैं ना उदो मैं उदो दस्तार बंधा ना दस्तार बंधा ना ते ऐनका लगियां हुंदियां मेरे ते ना ओ जदों ना ओ आए ओ कहिंदी कि तुसीं नहीं चुप करना मैं चली हां क्लास चो सारे रौला पाए चलगी चलगी पंजा मिनट बाद भाजी एच ओडी आया एक टेबल दो टेबल तीन टेबल पुछा इधर बैठा है मुंडा इतने दूजे टेबल अ
ਆ ਗਈ ਉਹ ਬੜੀ ਲੰਬੀ ਉਮਰ ਹੈ ਉਪਰ ਹੋ ਜਾ ਥੋੜਾ ਉਪਰ ਹੋ ਜਾ ਸੁਣਾਓ ਕੁਛ ਤੁਹਾਡੇ ਅੱਗੇ ਵਾਜਾ ਪਿਆ ਇਦਾਂ ਮਾਰ ਕੰਮ ਖਤਮ ਸੁਣਾ ਗਾਣਾ ਫਿਰ ਮੈਨੂੰ ਵੀ ਆਉਣਾ ਚਲ ਯਾਦ ਮੈਨੂੰ ਯਾਦ ਹੀ ਨਹੀਂ ਆਉਂਦਾ ਯਾਰ ਕੋਈ ਤੁਹਾਨੂੰ ਹੁਣ ਕੁਛ ਨਹੀਂ ਆਇਆ ਨਹੀਂ ਨਹੀਂ ਮੈਂ ਰੋਜ਼ਾ ਮੈਨੂੰ ਯਾਦ ਆਉਂਦਾ ਹਿੰਦੀ ਗਾਣਾ ਮੈਂ ਸੁਣਾਉਣਾ ਉਹ ਬੜਾ ਚਿਰ ਹੋਇਆ ਤੈਨੂੰ ਅੱਲਾ ਕੋਲ ਰਹਿੰਦਿਆਂ ਹੁਣ ਮੇਰੀ ਜ਼ਿੰਦਗੀ 'ਚ ਮੋੜਨਾ ਏ ਮੈਂ ਉਹ ਅੰਮੀ ਮੇਰੀ ਤੂੰ ਦੱਸ ਕਿਹੜਾ ਤਾਰਾ ਤੈਨੂੰ ਤੋੜਨਾ ਏ ਮੈਂ ਉਹ ਅੰਮੀ ਮੇਰੀ ਤੂੰ ਦੱਸ ਕਿਹੜਾ ਤਾਰਾ ਤੈਨੂੰ ਤੋੜਨਾ ਏ ਮੈਂ ਤੁਮਾਰੀ ਤਸਵੀਰ ਕੇ ਸਹਾਰੇ ਮੌਸਮ ਕਈ ਗੁਜ਼ਾਰੇ ਜਿਹੜਾ ਮਰਜ਼ੀ ਗਾ ਦੇ ਭੋਜਪੁਰੀ ਗਾ ਦੇ ਕੋਈ ਅਰੇ ਲਗਾਈ ਲੈ ਜਬ ਤੂੰ ਲੱਪੀ ਸੀ ਜਾਹੀ ਲੈ ਸਾਰਾ ਦੇਸੀ ਜੀਲਾ ਟੋਪ ਲੈ ਕੇ ਕਮਰੀਆ ਕਮਰੀਆ ਲਾਲੀ ਪਾਪ ਲੈ ਗਈ ਮੇਰੀ ਜ਼ਿੰਦਗੀ ਦੇ ਯਾਰਾ ਸੀ ਖਾਲੀ ਵਰਕੇ ਮੈਂ ਜੋ ਵੀ ਹਾਂ ਸਜਣਾ ਇੱਕ ਤੇਰੇ ਕਰਕੇ ਤੂੰ ਜੋ ਵੀ ਏ ਕੁੜੀਏ ਬਸ ਮੇਰੇ ਕਰਕੇ ਉਧਰ ਹੀ ਗਾਣਾ ਨਾ ਨਾ ਮੈਨੂੰ ਕੱਚ ਦੇ ਤੈਨੂੰ ਵੀ ਕੱਚ ਦੇ ਆਪਣੀ ਨਹੀਂ ਪਤਾ ਥੋੜਾ ਉਹ ਉਹਨੂੰ ਨਾ ਭਾਈ ਮੈਨੂੰ ਪਾ ਦੇ ਮੈਨੂੰ ਪਾ ਕੋਲੀ ਚ ਪਾ ਕੇ ਨਾ ਸਾਈਡ ਨਹੀਂ ਸਾਈਡ ਤੇ ਪਾ ਦੇ ਕੋਲੀ ਕਾ ਤੋਂ ਵੇਸਟ ਕਰਨੀ ਹੈ ਭਾਜੀ ਤੁਹਾਨੂੰ ਸੱਚ ਮੈਂ ਦੱਸਾਂ ਭਾਜੀ ਗੱਲ ਦੱਸਾਂ ਸੱਚ ਭਾਜੀ ਗੱਲ ਦੱਸਾਂ ਪਨੀਰ ਤੋਂ ਗੱਲ ਚੇਤਾ ਕਿ ਭਾਜੀ ਪਹਿਲੀ ਨਹੀਂ ਆਇਆ ਭਾਜੀ ਮੈਂ ਚੰਡੀਗੜ੍ਹ ਹੈ ਲੋਕਡਾਊਨ 'ਚ ਹਾਂ ਵੇਖੋ ਮੈਂ ਤੁਹਾਡੇ ਕੋਲ ਪਹਿਲੀ ਨਹੀਂ ਆਇਆ ਤੁਸੀਂ ਖਾਓਗੇ ਪਿਓਗੇ ਨਾ ਮੈਨੂੰ ਭਾਜੀ ਮੈਂ ਚੇਚਾ ਆਇਆ ਘਰੋਂ ਮੈਂ ਕੁਛ ਮੰਮੀ ਕਹਿੰਦੀ ਰੋਟੀ ਖਾਣੀ ਲੈ ਜਾਣਾ ਮੈਂ ਕਿਹਾ ਨਾ ਮੈਂ ਫਰੈਂਡ ਕੋਲ ਚੱਲਿਆ ਆਪਣੀ ਕੋਲ ਮੈਂ ਵਧੀਆ ਖਾਣਾ ਮੈਂ ਆਇਆ ਮੈਂ ਕਿਹਾ ਕਿੱਥੇ ਆ ਆਵੇ ਮੈਂ ਇੱਥੇ ਹੀ ਹਾਂ ਮੈਂ ਕਿਹਾ ਮੈਂ ਮੈਨੂੰ ਐਡਰੈਸ ਭੇਜ ਮੈਂ ਗਿਆ ਅਤੇ ਮੈਂ ਕਿਹਾ ਮੈਂ ਥੱਲੇ ਆ ਗਿਆ ਮੈਂ ਕਿਹਾ ਚੱਲ ਮੈਂ ਗੱਡੀ ਸਪੈਸ਼ਲ ਕਰਕੇ ਗਿਆ 5-6 ਹਜ਼ਾਰ ਰੁਪਇਆ ਲਾ ਕੇ ਸਪੈਸ਼ਲ ਗੱਡੀ ਕਰਕੇ ਦੱਸਦਾ ਨਾ ਮੈਂ ਕਿਹਾ ਮੈਂ ਜੇ ਉੱਤੇ ਖੜੂਗੀ ਖਵਾਊਗੀ ਪਿਆਊਗੀ ਵਧੀਆ ਪਤਾ ਨਹੀਂ ਕੀ ਕੁਛ ਬਣਾਇਆ ਨਾ ਮੈਂ ਗਿਆ ਅਤੇ ਮੈਂ ਕਿਹਾ ਹਾਂ ਕਹਿੰਦੀ ਰੁਕ ਰੁਕ ਮੈਂ ਥੱਲੇ ਆਉਂਦੀ ਹਾਂ ਥੱਲੇ ਆਇਆ ਮੈਂ ਕੀ ਆ ਕਹਿੰਦੀ ਉਹ ਅੰਦਰ ਨਹੀਂ ਜਾਣ ਦਿੰਦੇ ਨਾ ਅਤੇ ਮੈਂ ਕਿਹਾ ਫਿਰ ਮੈਂ ਕਿਹਾ ਧੁੱਪ ਆ ਜਾ ਆ ਜਾ ਉਹ ਸੜੀ ਜੀ ਪਾਰਕ 'ਚ ਲੈ ਗਈ ਜਾ ਕੇ ਕੁਛ ਖੁਆਇਆ ਨਹੀਂ ਨੇ ਕੁਛ ਪਿਆ ਨਹੀਂ ਉੱਥੇ ਗੱਲਾਂ ਮਾਰੀਆਂ ਮੇਰੇ ਨਾਲ ਹਾਂ ਹਾਂ ਕਾਲਜ ਦੀਆਂ ਬੜਾ ਵਧੀਆ ਹੁੰਦਾ ਸੀ ਮੈਂ ਮੂਹਰ ਵੇਖਾਂ ਕੁਛ ਖਵਾਊਗੀ ਕੁਛ ਪੁੱਛੂ ਕੁਛ ਨਹੀਂ ਪੁੱਛਿਆ ਭਾਜੀ ਇੱਥੇ ਆ ਕੇ ਰੋਟੀ ਖਵਾਈ ਕਿਰਨ ਨੇ ਹੈ ਨਾ ਪਤਾ ਨਹੀਂ
ਅੱਧੇ ਪੌਣੇ ਘੰਟੇ ਬਾਅਦ ਜਦੋਂ ਮੇਰੀ ਤਰਾਸ ਤਰਾਸ ਹੁੰਦੀ ਉਦੋਂ ਚਾਹ ਦਾ ਕੱਪ ਲਿਆਈ ਨਾਲ ਬਿਸਕੁਟ ਟਾਈਗਰ ਪੰਜਾਬ। ਇੱਥੇ ਹੁਣ ਵੰਦਨਾ ਦੀ ਮੈਰਿਜ ਦੀ ਡੇਟ ਦੀ ਗੱਲ ਹੋ ਰਹੀ ਹੈ ਵੀ ਕਿਹੜੀ ਡੇਟ ਰੱਖੀ ਜਾਏ ਕਿਉਂਕਿ ਵੰਦਨਾ ਦੀ ਜੁਲਾਈ ਦੇ ਵਿੱਚ ਮੈਰਿਜ ਹੈ। 8 ਨੂੰ ਵਿਆਹ ਕਰ, 9 ਨੂੰ ਸੈਟਰਡੇ, ਸੰਡੇ ਦੋ ਦਿਨ ਮਿਲ ਜਾਣੇ ਰੈਸਟ ਵਾਸਤੇ, ਸੋਮਵਾਰ ਦੇ ਕੰਮ ਤੇ ਚੱਲ ਜਾਓ। ਨਹੀਂ 8 ਨੂੰ ਰੱਖ, ਫਿਰ ਹੁਣ ਹੁਣ ਪਾਵਰ, ਹੁਣ ਤੇਰੇ ਕੋਲ ਪਾਵਰ ਹੈਗੀ ਨਹੀਂ, ਭਲਾ ਵੀ ਨਹੀਂ ਤੇਰੇ ਕੋਲ ਹੈਗੀ। ਸੱਚੀ ਮੈਂ ਕਹਿਣਾ ਮੈਂ 9 ਨੂੰ, ਮੇਰੇ ਕੋਲ ਨਹੀਂ ਆ ਜਾਣਾ 9 ਨੂੰ ਕੰਮ ਕੀ ਨਾਗਿਨ ਦਾ ਸੀ, ਇਹਨੇ ਕਰਨਾ ਫਿਰ ਤੇਰੇ 8 ਨੂੰ ਕਰ ਦੇ ਤੇ 9 ਤੋਂ ਬਾਅਦ। ਹਾਂ 9 ਤੋਂ ਬਾਅਦ, ਹਾਂ 9 ਤੋਂ ਬਾਅਦ ਜਾਂ 9 ਤੋਂ ਬਾਅਦ। ਨਹੀਂ ਸੱਚੀ ਬੰਦੇ ਨਾ ਮੈਂ ਸੀਰੀਅਸ ਹੀ ਕਹਿਣਾ, 9 ਨੂੰ ਨਾ ਰੱਖੀ, ਮੇਰੇ ਕੋਲ ਨਹੀਂ ਜਾਣਾ। ਜਿਹੜੀ ਮੇਰਾ ਫੋਨ ਨਹੀਂ ਚੁੱਕਣ ਦੀ ਉਹ ਮੇਰੇ ਕਰਕੇ ਆਪਣੀ ਵਿਆਹ ਦੀ ਡੇਟ ਅੱਗੇ ਕਰੂਗੀ। ਸਹੀ ਗੱਲ ਹੈ ਭਾਜੀ, ਵੀ ਉਦਣ ਭਾਈ ਮੈਂ ਵੇਖ ਲਿਆ ਭਾਈ ਦਾ ਸ਼ਡਿਊਲ, ਭਾਈ ਦਾ ਉਹ ਬਣਦਾ ਆ, ਵਰਕਿੰਗ ਡੇ ਆ ਭਾਈ ਦਾ। ਬਹੁਤ ਵਧੀਆ ਮਿਲਿਆ ਤੁਹਾਨੂੰ, ਬਹੁਤ ਵਧੀਆ ਲੱਗਿਆ ਤੁਹਾਨੂੰ ਮਿਲ ਕੇ। ਮੈਂ ਕਿਹਾ ਬਹੁਤ ਵਧੀਆ ਮਿਲਿਆ ਤੁਹਾਨੂੰ ਲੱਗ ਲੱਗ ਕੇ ਭਾਜੀ, ਇਹਦਾ ਅਸਰ ਨੈਗੇਟਿਵ। ਓਕੇ ਭਾਜੀ, ਠੀਕ ਹੈ ਵੀਰੇ, ਬਾਕੀ ਕੋਈ ਜ਼ਿਆਦਾ ਬੋਲਿਆ ਬੋਲਿਆ ਗਿਆ ਹੋਵੇ ਗਲਤੀ ਗੁਲਤੀ, ਨਾ ਨਾ ਛੋਟਾ ਭਰਾ ਸਮਝ ਕੇ ਮਾਫ਼ ਕਰਿਓ। ਹੋਰ ਕੀ ਕਰਾਂ, ਠੀਕ ਹੈ ਰਹਿ ਬਾਬੂ, ਅਗਲੀ ਵਾਰੀ ਹੋਰ ਬੇਇੱਜ਼ਤੀ ਕਰਾਂਗੇ। ਓਕੇ ਓਕੇ ਬਾਏ, ਓਕੇ ਬਾਏ ਵਿਕਰਮ। ਇਹ ਲਾਸਟ ਮੈਂਬਰ ਰਹਿ ਗਿਆ, ਹੌਲੀ ਹੌਲੀ ਸਾਰੇ ਤੋੜ ਰਹੇ, ਸਭ ਤੋਂ ਜ਼ਿਆਦਾ ਬੋਲਣ ਵਾਲੇ ਨੂੰ ਹੁਣੇ ਕੱਢਿਆ, ਦੇਖ ਲਈ ਵਲੌਗ 'ਚ ਵੇਖੇ ਤੈਨੂੰ ਕਿਹਾ ਪਿਆਰ ਇੱਕ ਦੂਸਰੇ ਦੀ ਇੰਨੀ ਬੇਇੱਜ਼ਤੀ ਕਰੀ ਜਾਣੀ, ਰੱਜਣਾ ਨੀ ਬੇਇੱਜ਼ਤੀ ਕਰ ਕਰਕੇ। ਜਰੂਰ ਆਵਾਂਗੇ, ਕੋਈ ਨੀ, ਲੱਗਦਾ ਟਿਪ ਤੇ ਫੋਨ ਕਰ ਲਿਆ ਕਰਾਂਗੇ। ਬਾਏ 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 ਬਾਏ। ਤੇ ਕਿਰਨ ਦੇ ਸਾਰੇ ਫਰੈਂਡਸ ਚਲੇ ਗਏ, ਬਹੁਤ ਰੌਣਕ ਆ ਲਈਆਂ ਸੱਚੀ, ਮੈਨੂੰ ਏਦਾਂ ਫੀਲ ਨਹੀਂ ਹੋਇਆ ਕਿ ਉਹ ਕਿਰਨ ਦੇ ਫਰੈਂਡ ਸੀ। ਮਤਲਬ ਕਾਲਜ ਸਰਕਲ ਹੁੰਦਾ ਨਾ, ਆਪਣਾ ਆਪਣਾ ਕਾਲਜ ਸਰਕਲ ਹੁੰਦਾ, ਜਿਵੇਂ ਮੇਰਾ ਆਪਣਾ ਸਰਕਲ ਹੈਗਾ ਉਹ ਕੰਜਰੋ, ਜੇ ਮੇਰੇ ਵਾਲੇ ਕਾਲਜ ਵਾਲੇ ਦੇਖ ਰਹੇ ਹੋ ਨਾ ਤੁਸੀਂ ਵੀ ਕਦੇ ਗਿੜਾ ਮਾਰੋ, ਆਪਾਂ ਲਾਈਏ ਰੌਣਕਾਂ, ਹੈ ਨਾ। ਅਤੇ ਕਿਰਨ ਦੇ ਫਰੈਂਡਸ ਆਏ, ਮੈਨੂੰ ਐਵੇਂ ਲੱਗਿਆ ਮੇਰੇ ਹੀ ਫਰੈਂਡਸ ਨੇ, ਹੈ ਨਾ, ਪਰ ਫਰੈਂਡ ਬਹੁਤ ਅੱਛੇ ਸੀ। ਥੈਂਕ ਯੂ ਫੋਰ ਕਮਿੰਗ ਅਤੇ ਸਾਡਾ ਦਿਨ ਵਧੀਆ ਬਣਾਉਣ ਵਾਸਤੇ, ਠੀਕ ਹੈ। ਅਤੇ ਹੁਣ ਮਿਲਦੇ ਹਾਂ ਤੁਹਾਨੂੰ ਕੱਲ੍ਹ, ਕਿਉਂਕਿ ਕੱਲ੍ਹ ਸਵੇਰੇ ਅਸੀਂ ਤੁਹਾਨੂੰ ਜਿਵੇਂ ਦੱਸਿਆ ਸੀ ਆਪਾਂ ਭਿੱਖੋਲ ਸਾਹਿਬ ਜਾਣਾ, ਹੁਸ਼ਿਆਰਪੁਰ ਜਾਣਾ, ਥੋੜ੍ਹੇ ਲੇਟ ਹੋ ਗਿਆ ਸੀ, ਮਤਲਬ ਰਾਤ ਦੇ 11:30 ਵੱਜਣ ਵਾਲੇ ਹੈ, ਅਤੇ ਸਵੇਰੇ ਸੋਣਾ ਵੀ ਹੈ ਅਤੇ ਸਵੇਰੇ ਉੱਠਣਾ ਵੀ ਹੈ, ਅਤੇ ਭਿੱਖੋਲ ਸਾਹਿਬ ਜਾਣਾ, ਅਤੇ ਜਿੰਨੀ ਜਲਦੀ ਸੋਵਾਂਗੇ ਉੱਨੀ ਜਲਦੀ ਉੱਠਾਂਗੇ, ਫਿਰ ਪਹੁੰਚਾਂਗੇ, ਅਤੇ ਉਦੋਂ ਤੱਕ ਲੈਂਦੇ ਤੁਹਾਡੇ ਤੋਂ ਇਜਾਜ਼ਤ। ਬਾਏ ਬਾਏ, ਅਤੇ ਸਬਸਕ੍ਰਾਈਬ ਕਰ ਦਿਆ ਕਰੋ।